ਸਤਿ ਸਮੁੰਦਰੋਂ ਪਰ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ। ਦੋਸਤੋ, ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਤੁਹਾਡੇ ਨਾਲ ਹਾਜ਼ਰ ਹੋਇਆ। ਜਿੱਦਾਂ 2016 ਦੇ ਵਿੱਚ ਅਸੀਂ ਵਚਨਵਾਦ ਹਾਂ ਤੁਹਾਡੇ ਨਾਲ ਕਿ ਤੁਸੀਂ ਵਿਦੇਸ਼ ਦੇ ਵਿੱਚ ਅਗਰ ਜਾਣਾ ਚਾਹੁੰਦੇ ਹੋ, ਸਾਡੇ ਕੰਸਲਟੈਂਟਸ ਦੀ ਖਾਸ ਕਰਕੇ ਆਰ ਐਸ ਗਲੋਬਲ ਦੀ ਤੁਹਾਡੇ ਨਾਲ ਕਮਿਟਮੈਂਟ ਹੈ ਕਿ ਪਰਮਾਤਮਾ ਅਗਲੇ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਵੀਜ਼ਾ, ਕਿਸੇ ਵੀ ਤਰ੍ਹਾਂ ਦੇ ਪੈਸੇ ਨਾ ਫਸ ਸਕਣ, ਇਸ ਕਰਕੇ ਆਰ ਐਸ ਗਲੋਬਲ ਕੋਲੋਂ ਕਾਫ਼ੀ ਜਿਹੜੀ ਹੈਗੀ ਹੈ ਬੱਚਿਆਂ ਦੇ ਲਈ ਮਦਦ ਕੀਤੀ ਜਾ ਰਹੀ ਹੈ, ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਕੰਟਰੀ ਹੋਵੇ, ਕਿਸੇ ਵੀ ਕੰਟਰੀ ਨੂੰ ਲੈ ਕੇ ਸਟੂਡੈਂਟ ਵੀਜ਼ਾ ਹੋਵੇ, ਟੂਰਿਸਟ ਵੀਜ਼ਾ ਹੋਵੇ, ਵਿਜ਼ਟਰ ਵੀਜ਼ਾ ਹੋਵੇ, ਜਾਂ ਫਿਰ ਸਪਾਊਸ ਕੇਸ ਹੋਵੇ। ਦੋਸਤੋ, ਅਗਰ ਤੁਸੀਂ ਵਿਦੇਸ਼ ਦੇ ਵਿੱਚ ਜਾਣਾ ਚਾਹੁੰਦੇ ਹੋ, ਆਰ ਐਸ ਗਲੋਬਲ ਦੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ, ਜਾਂ ਸੁਖਚੈਨ ਸਿੰਘ ਰਾਹੀ ਜੀ ਦੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ, ਕਿਉਂਕਿ ਮੈਨੂੰ ਲੱਗਦਾ ਕਾਫ਼ੀ ਸਾਲ ਹੋ ਚੁੱਕੇ ਨੇ ਸਾਡੇ ਪਲੇਟਫਾਰਮ ਦੇ ਰਾਹੀਂ ਜੁੜੇ ਹੋਏ ਨੇ, ਬੱਚਿਆਂ ਨੂੰ ਹਰੇਕ ਸਾਲ ਕਿਸੇ ਨਾ ਕਿਸੇ ਢੰਗ ਦੇ ਨਾਲ ਤੋਹਫ਼ਾ ਦਿੰਦੇ ਰਹਿੰਦੇ ਨੇ, ਤਾਂ ਅੱਜ ਪਲੇਟਫਾਰਮ ਇਹ ਅੱਜ ਸੱਤ ਸਮੁੰਦਰੋਂ ਪਾਰ ਅਤੇ ਆਰ ਐਸ ਗਲੋਬਲ ਦੇ ਨਾਲ ਜਿਹੜੀ ਹੈ ਆਪਣੀ ਇੱਕ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ ਗੱਲਬਾਤ ਕੀਤੀ ਗਈ ਹੈ ਕਿ ਜਿਹੜੇ ਬੱਚੇ ਕਿਸੇ ਵੀ ਕਾਰਨ ਕਰਕੇ ਕਿਸੇ ਵੀ ਤਰ੍ਹਾਂ ਦਾ ਸਵਾਲ ਸਾਡੇ ਇਸ ਪਲੇਟਫਾਰਮ ਦੇ ਰਾਹੀਂ ਸਾਡੇ ਦਰਸ਼ਕਾਂ ਦੇ ਰੂਬਰੂ ਕਰਨਾ ਚਾਹੁੰਦੇ ਹੈ, ਜਾਂ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਕੰਪਲੇਂਟ ਹੈਗੀ ਹੈ, ਸਾਡੇ ਕਿਸੇ ਵੀ ਇਸ ਪ੍ਰੋਗਰਾਮ ਦੇ ਮੰਚ ਦੇ ਆਧਾਰਿਤ ਜਿੰਨੇ ਵੀ ਕੰਸਲਟੈਂਟਸ ਆਉਂਦੇ ਨੇ ਉਹਨਾਂ ਦੇ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਕੰਪਲੇਂਟ ਹੈ, ਉਹਨਾਂ ਦੇ ਨਾਲ ਸਿੱਧੀ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ, ਤਾਂ ਸਾਡੇ ਆਰ ਐਸ ਗਲੋਬਲ ਦੇ ਨਾਲ ਸੁਖਚੈਨ ਸਿੰਘ ਰਾਹੀ ਜੀ ਹੋਣਗੇ, ਮੈਂ ਹੋਵਾਂਗਾ, ਨਾਲ ਨਾਲ ਤੁਸੀਂ ਹੋਵੋਗੇ, ਤੁਹਾਡਾ ਕੋਈ ਨਾ ਕੋਈ ਸਿਲੈਕਟਡ ਸਾਡਾ ਕਲਾਇੰਟ ਹੋਏਗਾ, ਸਾਡਾ ਵਿਊਅਰ ਹੋਏਗਾ, ਜਿਹੜਾ ਕਿ ਸਾਡੀ ਤੀਸਰੀ ਸੀਟ ਤੇ ਬੈਠ ਕੇ ਸਾਡੇ ਵਿਊਅਰਸ ਦੇ ਨਾਲ ਸਿੱਧੀ ਗੱਲਬਾਤ ਕਰ ਪਾਏਗਾ। ਮਤਲਬ ਇਹ ਹੈ ਕਿ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਬਣ ਸਕਦੇ ਹੋ। ਤੁਸੀਂ ਆਪਣਾ ਸਾਨੂੰ ਸਿਰਫ ਵਟਸਐਪ ਨੰਬਰ ਚੱਲ ਲਿਆ, ਉਹਦੇ 'ਤੇ ਸੈਲਫੀ ਦੇ ਉੱਤੇ ਆਪਣੇ ਜਿਵੇਂ ਮੋਬਾਈਲ ਦੇ ਉੱਤੇ ਸੈਲਫੀ ਲੈਂਦੇ, ਉਹਦੇ 'ਤੇ ਇੱਕ ਸਵਾਲ ਛੋਟਾ ਜਿਹਾ ਭੇਜਣਾ, ਉਹਦੇ ਰਾਹੀਂ ਆਪਣੇ ਇੱਕ ਜੇਕਰ ਜਿਹੜਾ ਵੀ ਜੈਨੂਅਨ ਸਵਾਲ ਹੋਇਆ ਉਸ ਨੂੰ ਅਸੀਂ ਦੁਨੀਆ ਭਰ ਦੇ ਵਿੱਚ ਜ਼ਰੂਰ ਫੈਲਾਵਾਂਗੇ। ਅੱਜ ਸਾਡੇ ਨਾਲ ਰਾਹੀ ਸਾਹਿਬ ਜੁੜੇ ਹੋਏ ਨੇ। ਰਾਹੀ ਸਾਹਿਬ ਬਹੁਤ ਬਹੁਤ ਧੰਨਵਾਦੀ ਆ, ਤੁਸੀਂ ਰੈਗੂਲਰ ਆਪਣਾ ਜਿਹੜਾ ਸਮਾਂ ਸਾਡੇ ਪ੍ਰੋਗਰਾਮ ਦੇ ਰਾਹੀਂ ਸਾਡੇ ਦਰਸ਼ਕਾਂ ਦੇ ਰੂਬਰੂ ਹੁੰਦੇ ਰਹਿੰਦੇ ਹੋ, ਅਤੇ ਧੰਨਵਾਦੀ ਆ ਤੁਸੀਂ ਸਾਡੇ ਇਸ ਉਪਰਾਲੇ ਦੇ ਨਾਲ ਆਪਣਾ ਜਿਹੜਾ ਹੈਗਾ ਹਿੱਸਾ ਵਟਾਇਆ ਅਤੇ ਸਾਨੂੰ ਸਾਥ ਦਿੱਤਾ। ਸਵਾਗਤ ਹੈ ਤੁਹਾਡਾ ਜੀ। ਜੀ ਥੈਂਕ ਯੂ ਹਨੀ ਭਾਅ ਜੀ, ਸੱਤ ਸਮੁੰਦਰੋਂ ਪਾਰ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਇੱਕ ਰਫੇ ਮੇਰੇ ਵੱਲੋਂ ਅਤੇ ਮੇਰੀ ਸਮੁੱਚੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਧੰਨਵਾਦ ਕਰਦਾ ਉਹਨਾਂ ਸਾਰੇ ਮੇਰੇ ਦਰਸ਼ਕਾਂ ਦਾ, ਵਿਊਰਸ ਦਾ, ਫੈਨਸ ਦਾ, ਜਿਹੜੇ ਇੰਨੇ ਲੰਬੇ ਸਮੇਂ ਤੋਂ ਰੈਗੂਲਰ ਸ਼ੋਜ਼ ਵਾਚ ਕਰਦੇ ਨੇ ਆਪਣੇ ਵਟਸਐਪ ਦੇ ਜ਼ਰੀਏ, ਈਮੇਲ ਦੇ ਜ਼ਰੀਏ, ਆਰ ਐਸ ਗਲੋਬਲ ਦੇ ਪੇਜ ਦੇ ਜ਼ਰੀਏ ਜਾਂ ਸੱਤ ਸਮੁੰਦਰ ਉਪਾਰ ਦੇ ਪੇਜ ਦੇ ਜ਼ਰੀਏ ਸਾਡੇ ਤੱਕ ਆਪਣੀ ਪਹੁੰਚ ਕਰਦੇ ਨੇ। ਐਂਡ ਤੁਹਾਡੀ ਉਸ ਪਹੁੰਚ ਨੂੰ ਧਿਆਨ 'ਚ ਰੱਖਦੇ ਹੋ ਹੀ ਮੈਂ ਅਤੇ ਹਨੀ ਭਾਈ ਨੇ ਆਪਾਂ ਮਤਲਬ ਔਫ ਦਾ ਰਿਕਾਰਡ ਬੈਠ ਕੇ ਸਲਾਹ ਬੜੇ ਦੇਰ ਤੋਂ ਕਰ ਰਹੇ ਸੀ ਕਿ ਆਪਾਂ ਕਿ ਇਹ ਪ੍ਰੋਗਰਾਮ ਨੂੰ ਹੋਰ ਕਿ ਜੋ ਇੱਕ ਇੰਟਰਸਟਡ ਬਣਾਇਆ ਜਾਵੇ ਜਿਹਦੇ ਨਾਲ ਵਿਊਰਸ ਹੋਰ ਤਰੀਕੇ ਜ਼ਿਆਦਾ ਤਰੀਕੇ ਡਾਇਰੈਕਟਲੀ ਸਾਡੇ ਨਾਲ ਜੁੜ ਸਕਣ। ਸੋ ਉਹਦਾ ਇੱਕ ਹੋਰ ਜੋ ਤਹੀਆ ਹੁਣੇ 10 ਘੰਟੇ ਹਨੀ ਭਾਜੀ ਉਹਦੇ 'ਚ ਆਪਾਂ ਤਹੀਆ ਇਹ ਕੀਤਾ ਕਿ ਜਿਹੜੇ ਸਾਡੇ ਰੈਗੂਲਰ ਵਿਊਰ ਸਾਡੇ ਨਾਲ ਜੁੜਦੇ ਨੇ ਆਪਣੇ ਸਵਾਲ ਲਿਖ ਕੇ ਭੇਜਦੇ ਨੇ, ਹੁਣ ਉਹਨਾਂ ਨੂੰ ਇਸ ਮੰਚ ਦੇ ਉੱਤੇ ਮੇਰੇ ਨਾਲ ਬੈਠ ਕੇ ਹਨੀ ਭਾਜੀ ਨਾਲ ਬੈਠ ਕੇ ਗੱਲਾਂ ਬਾਤਾਂ ਕਰਨ ਦਾ, ਸਵਾਲ ਪੁੱਛਣ ਦਾ, ਸਵਾਲ ਕਰਨ ਦਾ ਮੌਕਾ ਦਿੱਤਾ ਜਾਊਗਾ। ਮੈਨੂੰ ਲੱਗਦਾ ਕਿ ਉਹਦੇ ਵਿੱਚ ਮੈਂ ਸਵਾਲ ਨਹੀਂ ਪੁੱਛਾਂਗਾ ਸਾਡੇ ਐਕਸਪਰਟਸ ਨੂੰ, ਉਹ ਬੱਚਾ ਸਵਾਲ ਪੁੱਛੇ, ਬੱਚਾ ਐਂਕਰਿੰਗ ਕਰੇਗਾ, ਬੱਚਾ ਸਵਾਲ ਕਰੇਗਾ ਤੇ ਮੈਂ ਉਹਦੇ ਬੈਠ ਕੇ ਜਵਾਬ ਦਊਂਗਾ, ਐਂਕਰ ਬਣਨ ਦਾ ਵੀ ਮੌਕਾ ਦਿੱਤਾ ਜਾਏਗਾ। ਐਂਡ ਉਹ ਬੱਚਾ ਆਪਣਾ ਇਹਦੀ ਕੋਈ ਫੀਸ ਨਹੀਂ ਗੀ, ਕੋਈ ਰਜਿਸਟ੍ਰੇਸ਼ਨ ਨਹੀਂ ਗੀ, ਤੁਸੀਂ ਸਿਰਫ ਆਪਣੇ ਜੋ ਨੰਬਰ ਵਟਸਐਪ ਨੀਚੇ ਚੱਲ ਰਿਹਾ ਆਰ ਐਸ ਗਲੋਬਲ ਦਾ ਉਸ ਨੰਬਰ ਦੇ ਉੱਤੇ ਜਾ ਕੇ ਇੱਕ ਮੈਸੇਜ ਪਾਉਣਾ, ਆਪਣੀ ਕੁਆਰੀ ਪਾਉਣੀ ਹੈ ਐਂਡ ਆਪਣੀ ਇੱਕ ਪਾਸਪੋਰਟ ਸਾਈਜ਼ ਫੋਟੋਗ੍ਰਾਫ ਭੇਜਣੀ। ਜੈਨੂਅਨ ਇੱਕ ਬੱਚਾ ਹੋਵੇ ਜਿਹਦੀ ਕੁਆਲੀਫਿਕੇਸ਼ਨ ਪਲੱਸ ਟੂ ਜਿਵੇਂ ਆਮ ਤੌਰ ਤੇ ਬੱਚਿਆਂ ਦੀ ਹੁੰਦੀ ਹੈ ਵੀ ਉਹਦੇ ਵਿੱਚ ਜ਼ਰੂਰੀ ਨਹੀਂ ਕਿ ਬੱਚਾ ਪੜ੍ਹੇ ਲਿਖਿਆ ਜਾਂ ਨਹੀਂ ਪੜ੍ਹੇ ਲਿਖਿਆ, ਕੋਈ ਵੀ ਬੱਚਾ ਜਿਹਦੇ ਨਾਲ ਕੋਈ ਧੋਖਾ ਹੋ ਚੁੱਕਿਆ, ਜਿਹਦੇ ਪੈਸੇ ਖਰਾਬ ਹੋ ਚੁੱਕੇ ਆ, ਜਾਂ ਜੋ ਲੱਗਦਾ ਕਿ ਇਸ ਇੰਡਸਟਰੀ ਵਿੱਚ ਕੀ ਕੀ ਬੁਰਾ ਹੋ ਰਿਹਾ, ਆਪਾਂ ਉਹਨੂੰ ਕਿਵੇਂ ਸੁਧਾਰਿਆ ਜਾ ਸਕਦਾ, ਉਹਨੂੰ ਕਿਸੇ ਵੀ ਪ੍ਰਤੀ, ਚਾਹੇ ਇਸ ਮੰਚ ਤੇ ਕੋਈ ਗੈਸਟ ਬੈਠਦਾ, ਚਾਹੇ ਇਨਕਲੂਡਿੰਗ ਮੈਂ, ਮੇਰੇ ਵੀ ਪ੍ਰਤੀ ਕਿਸੇ ਨੂੰ ਕੋਈ ਸ਼ਿਕਾਇਤ, ਕੋਈ ਪ੍ਰੋਬਲਮ ਹੋਵੇ, ਇਸ ਮੰਚ ਤੇ ਆ ਕੇ ਬੈਠ ਕੇ ਮੇਰੇ ਨਾਲ ਦਰਸ਼ਕਾਂ ਦੇ ਰੂਬਰੂ ਹੋ ਕੇ ਸਾਰੀ ਗੱਲਾਂ ਬਾਤਾਂ ਕਰ। ਸੋ ਅੱਜ ਜਿਹੜੇ ਜ਼ਿਆਦਾ ਸਵਾਲ ਆਏ ਸੀ ਭਾਅ ਜੀ ਉਹਦੇ 'ਚ ਇਹ ਸੀਗਾ, ਜੋ ਪਿਛਲੇ 10 ਦਿਨਾਂ ਤੋਂ ਸਵਾਲ ਆ ਰਹੇ ਆ ਉਹ 'ਚ ਕੈਨੇਡਾ ਦੇ ਮਰੀਨ ਟੇਕ ਨੂੰ ਲੈ ਕੇ ਸੀ। ਦੋਸਤੋ, ਕੈਨੇਡਾ ਦੀ ਮੈਂ ਗੱਲ ਕਰਾਂ ਤਾਂ ਆਰ ਐਸ ਗਲੋਬਲ ਦਾ ਫਿਲਹਾਲ ਕੋਈ ਸੈਮੀਨਾਰ ਅਰੇਂਜ ਕਰਨ ਦਾ ਇਸ
ਮਹੀਨੇ ਜਾਂ ਇਸ 10 ਦਿਨ ਦੇ ਵਿੱਚ ਕੋਈ ਪਲਾਨ ਨਹੀਂ ਆ, ਅਸੀਂ ਸਪਤੰਬਰ ਇਨਟੇਕ ਨੂੰ ਲੈ ਕੇ ਜ਼ਰੂਰ ਸੈਮੀਨਾਰ ਅਰੇਂਜ ਕਰਨ ਜਾ ਰਹੇ ਹਾਂ। ਬੜੇ ਵੱਡੇ ਪੱਧਰ 'ਤੇ ਇੱਕੋ ਮੰਚ ਦੇ ਉੱਤੇ ਘੱਟੋ ਘੱਟ 7 ਤੋਂ 8 ਸਰਕਾਰੀ ਕਾਲਜ ਯੂਨੀਵਰਸਿਟੀ ਬੁਲਾ ਕੇ ਅਸੀਂ RS ਗੋਬਲ ਦੇ ਜਲੰਧਰ ਦਫ਼ਤਰ ਵਿੱਚ ਆਪਣੇ ਸੈਮੀਨਾਰ ਅਰੇਂਜ ਕਰਾਂਗੇ। ਉਹਦੀਆਂ ਡੇਟਸ ਅਤੇ ਟਾਈਮ ਆਪਾਂ ਇਸ ਮੰਚ ਦੇ ਉੱਤੇ ਅਨਾਊਂਸ ਕਰ ਦਾਂਗੇ। ਮਈ ਇਨਟੇਕ ਆਲਮੋਸਟ ਆਪਣੀ ਅਖੀਰਲੀ ਬਰੂਹਾਂ 'ਤੇ ਹੈ, ਬਟ ਫਿਰ ਵੀ ਜੇ ਹਲੇ ਲਾਸਟ ਡੇਟ ਅਪਲਾਈ ਕਰਨ ਦੀ ਗੱਲ ਕਹਾਂ ਤਾਂ 15 ਮਾਰਚ ਤੱਕ ਅਪਲਾਈ ਕਰ ਸਕਦੇ ਹੋ। ਬਟ ਜੇ ਸੀਟ ਕਾਲਜ ਵਿੱਚ ਅਵੇਲੇਬਲ ਹੈ ਤਾਂ ਅੱਜ ਕੋਈ ਬੱਚਾ ਕਾਮਰਸ ਬੈਕਗਰਾਊਂਡ ਹੈ, ਬਿਜ਼ਨਸ ਅਕਾਊਂਟਿੰਗ ਦਾ ਡਿਪਲੋਮਾ ਲੈ ਸਕਦਾ, ਕੋਈ ਮੈਡੀਕਲ ਬੈਕਗਰਾਊਂਡ ਹੈ, ਹੈਲਥ ਕੇਅਰ ਮੈਨੇਜਮੈਂਟ ਦਾ ਡਿਪਲੋਮਾ ਜਾਂ UT ਟ੍ਰਾਂਸਫਰ ਇਨ ਮੈਡੀਕਲ ਸਾਇੰਸ ਵਿੱਚ ਡਿਪਲੋਮਾ ਲੈ ਸਕਦਾ, ਕੋਈ ਬੱਚਾ ਨੋਨ ਮੈਡੀਕਲ ਬੈਕਗਰਾਊਂਡ ਹੈ, IT ਇੰਜੀਨੀਅਰਿੰਗ ਦੇ ਡਿਪਲੋਮੇ ਅਵੇਲੇਬਲ ਹੈ। ਬਟ ਇੱਕ ਗੱਲ ਤੁਹਾਡੀ ਸਾਰਿਆਂ ਦੇ ਹੱਥ ਜੋੜ ਕੇ ਮੈਂ ਰਿਕੁਐਸਟ ਕਰਦਾ ਕਿ ਅਗਰ ਤੁਹਾਨੂੰ ਤੁਹਾਡੀ ਪੜ੍ਹਾਈ ਦੇ ਸੰਬੰਧਿਤ ਕੋਰਸ ਨਹੀਂ ਮਿਲਦਾ ਤਾਂ ਮਈ ਇਨਟੇਕ ਵਿੱਚ ਆਪਣੇ ਆਪ ਨਾਲ ਆਪਣੇ ਕਰੀਅਰ ਨਾਲ ਧੱਕਾ ਕਰਨ ਦੀ ਕੋਸ਼ਿਸ਼ ਨਾ ਕਰਿਓ। ਸਪਤੰਬਰ ਇਨਟੇਕ 'ਚ ਅਪਲਾਈ ਕਰ ਲਿਓ, ਕਿਤੇ ਦੁਨੀਆ ਨਹੀਂ ਮੁੱਕ ਚੱਲੀ। ਬਟ ਆਪਾਂ ਇਹ ਸੋਚਦੇ ਕਿ ਅੱਜ ਮਈ ਇਨਟੇਕ ਵਿੱਚ ਮੈਂ ਅਪਲਾਈ ਨਹੀਂ ਕਰਾਂਗਾ ਜੀ, 2015 ਪਾਸ ਆਊਟ ਹਾਂ, ਸਪਤੰਬਰ 'ਚ ਗੈਪ ਹੋ ਜਾਏਗਾ। ਉਹਦਾ ਹੱਲ ਇਹ ਹੈ ਮਈ ਇਨਟੇਕ ਦੀ ਆਫ ਲੈਟਰ ਲੈ ਕੇ ਸਪਤੰਬਰ ਵਿੱਚ ਡੈਫਰ ਕੀਤੀ ਜਾ ਸਕਦੀ ਹੈ। ਅੱਜ ਤੁਸੀਂ ਕਿਸੇ ਕਾਲਜ ਦੀ ਆਫ ਲੈਟਰ ਅਪਲਾਈ ਕਰਨਾ ਚਾਹੁੰਦੇ ਹੋ, ਸਪਤੰਬਰ ਬੈਚ ਦੇ ਦਾਖਲੇ ਖੁੱਲ ਚੁੱਕੇ ਆ। ਇੰਨਾ ਜ਼ਰੂਰ ਆ ਕਿ ਜਿਹੜੇ ਬੱਚੇ 2015 ਪਾਸ ਆਊਟ ਨੇ ਸਪਤੰਬਰ 2016 ਵਾਲੇ ਬੈਚ ਦੇ ਵਿੱਚ, ਉਹਦੇ ਕੰਪੀਟੀਟਰ ਹੋਰ ਵੱਧ ਜਾਣਗੇ। ਜੋ ਮੈਂ ਪਿਛਲੇ ਸ਼ੋਅ ਵਿੱਚ ਵੀ ਦੱਸਿਆ ਸੀ ਕਿ ਮਾਰਚ ਵਿੱਚ ਅਪ੍ਰੈਲ ਵਿੱਚ ਪੇਪਰ ਹੋ ਜਾਣੇ ਨੇ ਬੱਚਿਆਂ ਦੇ, ਮਈ ਵਿੱਚ ਰਿਜ਼ਲਟ ਆ ਜਾਣੇ ਨੇ ਉਹਦੇ, ਜਿਹੜੇ 2015 ਵਾਲੇ ਦੇ ਮੋਹਰੇ 2016 ਵਾਲੇ ਬੱਚੇ ਵੀ ਉਹਦੇ ਹੋਰ ਕੰਪੀਟੀਟਰ ਖੜੇ ਹੋ ਜਾਣੇ, ਇਹਦਾ ਕੋਈ ਹੱਲ ਨਹੀਂ। ਬਟ ਸਪਤੰਬਰ ਇਨਟੇਕ ਲਈ 2016 ਵਾਲੇ ਪਾਸ ਆਊਟ ਬੱਚਿਆਂ ਤੋਂ ਪਹਿਲਾਂ ਆਪਣੀ ਕੰਡੀਸ਼ਨਲ ਆਫ ਲੈਟਰ ਲੈ ਕੇ ਜਿਹੜੇ ਬੱਚੇ ਆਇਲਸ ਕਰ ਰਹੇ ਨੇ ਜਾਂ ਸਪਤੰਬਰ ਇਨਟੇਕ ਲਈ ਹੁਣੇ ਇੱਕ ਅਨਕੰਡੀਸ਼ਨਲ ਆਫ ਲੈਟਰ ਲੈ ਕੇ ਆਪਣਾ ਕੇਸ ਅਪਲਾਈ ਕੀਤਾ ਜਾ ਸਕਦਾ, ਤਾਂ ਕਿ ਜਦੋਂ ਤੱਕ ਉਹ ਆਇਲਸ ਵਾਲੇ, ਜਦੋਂ 2016 ਵਾਲੇ ਬੱਚੇ ਪਾਸ ਆਊਟ ਹੋੜ ਕੇ ਐਡਮਿਸ਼ਨ ਲੈਣਗੇ, ਉਸ ਤੋਂ ਪਹਿਲਾਂ ਤੁਹਾਡੇ ਕੋਲ ਸੇਫਰ ਸਾਈਡ ਦਿੱਤੇ ਤੁਹਾਡੀ ਸੀਟ ਕਨਫਰਮ ਹੋ ਚੁੱਕੀ ਹੋਏਗੀ, ਉਦੋਂ ਤੁਹਾਨੂੰ ਕੋਰਸ ਖਤਮ ਹੋ ਗਿਆ ਜਾਂ ਸੀਟ ਖਤਮ ਹੋ ਗਈ ਵਾਲਾ, ਇਹ ਵਾਲੇ ਐਕਸਕਿਊਜ਼ ਨਹੀਂ ਲੱਗਣਗੇ ਕਾਲਜ ਵੱਲੋਂ। ਤੁਹਾਨੂੰ ਚੁੱਪ ਕਰਕੇ ਆਪਣੀ ਸੀਟ ਲੈ ਕੇ ਹੁਣੇ ਹੀ ਇੱਕ ਸੇਫਰ ਸਾਈਡ ਵਾਲਾ ਰੱਖਣ ਦਾ ਆਪਣੇ ਕੋਲ ਟਾਈਮ ਹੈਗਾ। ਇਹ ਸੀਗੇ ਕੈਨੇਡਾ ਵਾਲੇ ਬੱਚੇ। ਸੋ ਜਿਹੜਾ ਬੱਚਾ +2 ਪਾਸ ਹੈ, ਆਇਲਸ ਕਰ ਚੁੱਕਿਆ ਜਾਂ ਕਰ ਰਿਹਾ, ਸਪਤੰਬਰ ਇਨਟੇਕ ਲਈ ਕੰਡੀਸ਼ਨਲ ਜਾਂ ਅਨਕੰਡੀਸ਼ਨਲ ਆਫ ਲੈਟਰ ਅਪਲਾਈ ਕਰਨੀ ਹੁਣੇ ਕਰ ਸਕਦੇ ਨੇ। ਜਿਹੜੇ ਬੱਚੇ ਆਇਲਸ ਕਰ ਚੁੱਕੇ ਨੇ ਉਹ ਮਈ ਇਨਟੇਕ ਲਈ, ਜਿਹੜਾ ਕੋਰਸ ਰਿਲੇਟਡ ਦੇ, ਅੱਜ ਵੀ ਮੈਂ ਗੱਲ ਕਰਾਂ ਤਾਂ ਸੇਂਟ ਲਾਰੈਂਸ ਕਾਲਜ ਵਿੱਚ ਵੀ ਸੀਟਸ ਅਵੇਲੇਬਲ ਹੈ, ਸ਼ੈਰਡਨ ਵਿੱਚ ਵੀ ਕੁਛ ਕੋਰਸ ਅਵੇਲੇਬਲ ਹੈ, ਸੈਨਿਕਾ ਵਿੱਚ ਵੀ ਨੇ, ਤੁਸੀਂ ਆਪਣੇ ਕੋਰਸ ਅਪਲਾਈ ਕਰਕੇ, ਆਫ ਲੈਟਰ ਅਪਲਾਈ ਕਰਕੇ, GIC ਅਪਲਾਈ ਕਰਕੇ ਆਪਣਾ ਸੁਰੱਖਿਅਤ ਟਾਈਮ ਦੇ ਵਿੱਚ ਆਫ ਲੈਟਰ ਕੇਸ ਅਪਲਾਈ ਕਰਕੇ ਟਾਈਮ ਸਿਰ ਵੀਜ਼ਾ ਲੈ ਸਕਦੇ ਹੋ। ਇਸ ਮੰਚ ਦੇ ਉੱਤੇ ਜਦੋਂ ਅਸੀਂ ਬੋਲਦੇ ਹਾਂ ਤਾਂ ਹਰ ਇੱਕ ਬੰਦੇ ਦੀ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਫੋਨ ਦੇ ਉੱਤੇ ਸਾਰੀ ਗੱਲਾਂ ਲੈਣ ਪੁੱਛਣ ਦੀ ਕੋਸ਼ਿਸ਼ ਕਰੀਏ, ਖਰੇ ਫੋਨ ਦੇ ਉੱਤੇ ਵੀਜ਼ੇ ਲੱਗ ਜਾਂਦੇ ਆ। ਤੁਹਾਡੇ ਉਸ ਸਮੱਸਿਆ ਦਾ ਹੱਲ, ਤੁਹਾਡੀ ਉਸ ਕੁਆਰੀ ਦਾ ਹੱਲ ਆਪਾਂ ਦੁਬਾਰਾ ਦੋਵਾਂ ਨੇ ਬੈਠ ਕੇ ਬਣਾ ਦਿੱਤਾ ਕਿ ਤੁਸੀਂ ਫੋਨ ਦੇ ਉੱਤੇ ਗੱਲਾਂ ਨਾ ਪੁੱਛੋ, ਆ ਜਾਓ ਇਸ ਮੰਚ ਦੇ ਉੱਤੇ ਆ ਕੇ ਪੁੱਛੋ, ਤੁਹਾਡੇ ਹਰ ਇੱਕ ਸਵਾਲ ਦਾ ਜਵਾਬ ਦਿੱਤਾ ਜਾਏਗਾ। ਸੋ ਜਿਹੜਾ ਵੀ ਸਾਡਾ ਉਹ ਸਿਲੈਕਟਡ ਐਪਲੀਕੈਂਟ ਹੋਏਗਾ, ਕੈਂਡੀਡੇਟ ਹੋਏਗਾ, ਅਸੀਂ ਉਹਨੂੰ ਆਪਣੇ ਮੰਚ 'ਤੇ ਬਿਠਾ ਕੇ ਰੂਬਰੂ ਕਰਾਵਾਂਗੇ। ਜਿਹੜੇ ਬੰਦੇ ਨਾਲ ਗੱਲਬਾਤ ਕਰਨਾ ਚਾਹੁੰਦੇ ਜਾਂ ਪੁੱਛਣਾ ਚਾਹੁੰਦੇ ਆ, ਕੋਈ ਸ਼ਿਕਾਇਤ, ਕੋਈ ਸ਼ਾਬਾਸ਼ੀ ਦੇਣੀ ਹੋਵੇ, ਇਸ ਮੰਚ ਦੇ ਜ਼ਰੀਏ ਕੀਤੀ ਜਾ ਸਕਦੀ। ਬਿਲਕੁਲ, ਤਾਂ ਇੱਕ ਹੋਰ ਉਪਰਾਲਾ ਹੈਗਾ ਕਿ ਜਿਹੜੇ ਵੀ, ਕਿਉਂਕਿ ਸਾਡਾ ਜਿਹੜਾ ਹੈਗਾ ਇਹ ਮੋਹਾਲੀ ਸਟੂਡੀਓ ਦੇ ਵਿੱਚ ਸ਼ੂਟ ਕੀਤਾ ਜਾਂਦਾ ਜਾਂ ਕਦੀ ਕਦੀ ਜਲੰਧਰ ਸਟੂਡੀਓ ਦੇ ਵਿੱਚ, ਜਿਹੜੇ ਵੀ ਸਾਡੇ ਦੂਰ ਦੁਰਾਡੇ ਦੇ ਸਾਡੇ ਜਿਹੜੇ ਵਿਊਅਰਸ ਨੇ, ਕੋਈ ਖਾਸ ਦੂਰੋਂ ਆਉਣਾ ਚਾਹੁੰਦਾ ਤਾਂ ਉਹਦੀ ਸਟੇਅ ਦਾ ਪ੍ਰਬੰਧ ਵੀ ਸਾਡੇ ਵੱਲੋਂ ਕੀਤਾ ਜਾਏਗਾ। ਸਪੋਜ਼ ਕੋਈ ਗੰਗਾਨਗਰ ਤੋਂ ਹੈ, ਕੋਈ ਦਿੱਲੀ ਤੋਂ ਹੈ, ਕੋਈ ਹਿਮਾਚਲ ਤੋਂ ਹੈ, ਕੋਈ ਹਰਿਆਣੇ ਤੋਂ ਹੈ, ਅਗਰ ਉਹ ਦੂਰ ਤੋਂ ਆਉਂਦਾ, ਆਉਣ ਜਾਣ ਦਾ ਖਰਚਾ ਉਹਦਾ, ਸਟੇਅ ਦਾ ਖਰਚਾ ਸਾਡੀ ਸੱਤ ਸਮੁੰਦਰੋਂ ਪਾਰ ਦੀ ਟੀਮ ਵੱਲੋਂ ਕੀਤਾ ਜਾਏਗਾ, ਅਤੇ ਪਲੱਸ RS ਗਲੋਬਲ ਦੀ ਟੀਮ ਵੱਲੋਂ ਜਿਹੜਾ 50-50 ਸ਼ੇਅਰ ਕਰਕੇ ਕੀਤਾ ਜਾਏਗਾ, ਖਾਣ ਪੀਣ ਦਾ ਉਹਦਾ ਇੰਤਜ਼ਾਮ ਕੀਤਾ ਜਾਏਗਾ। ਇਸ ਕਰਕੇ ਤੁਹਾਡੇ ਲਈ ਬਹੁਤ ਵਧੀਆ ਉਪਰਾਲਾ ਕਿ ਤੁਸੀਂ ਆਪਣੇ ਸਵਾਲ ਇਸ ਪਲੇਟਫਾਰਮ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਪੁੱਛ ਸਕਦੇ ਹੋ, ਸਾਡੇ ਵਿਊਅਰ ਤੋਂ ਡਾਇਰੈਕਟਲੀ ਪੁੱਛ ਸਕਦੇ ਹੋ, ਕਿਸੇ ਵੀ ਤਰ੍ਹਾਂ ਦਾ ਸਵਾਲ ਹੈ, ਕੋਈ ਗੁੱਸੇ ਦੇ ਨਾਲ ਸਵਾਲ ਹੈ, ਕੋਈ ਜਿਹੜਾ ਹੈਗਾ ਤੁਹਾਡਾ ਹਸੀ ਦੇ ਨਾਲ ਸਵਾਲ ਹੈ, ਕਿਸੇ ਵੀ ਤਰ੍ਹਾਂ ਦਾ ਸਵਾਲ ਹੈ। ਬਾਕੀ ਅਗਰ ਤੁਸੀਂ ਦੋਸਤੋ ਆਪਾਂ ਗੱਲ ਅੱਜ ਦੀ ਜਿਹੜੀ ਹੈਗੀ ਹੈ ਕੈਨੇਡਾ ਦਾ ਮਈ
ਮਈ ਇਨਟੇਕ, ਮਈ ਇਨਟੇਕ ਦੀ ਅਗਰ ਆਪਾਂ ਗੱਲ ਕਰੀਏ, ਮਈ ਇਨਟੇਕ ਦੇ ਲਈ ਇੱਕ ਦੋ ਮਹੀਨੇ ਰਹਿ ਚੁੱਕੇ ਨੇ। ਮਈ ਇਨਟੇਕ ਦੀ ਆਪਸ਼ਨ ਕੀ ਨੇ, ਕਿਸ ਢੰਗ ਦੇ ਨਾਲ ਤੁਸੀਂ ਅਪਲਾਈ ਕਰ ਸਕਦੇ ਹੋ, ਆਰ ਐਸ ਗਲੋਬਲ ਦੇ ਹੈਲਪਲਾਈਨ ਨੰਬਰ ਸਕਰੀਨ ਤੇ ਚੱਲ ਰਹੇ ਨੇ, ਤੁਸੀਂ ਸੰਪਰਕ ਕਰ ਸਕਦੇ ਹੋ। ਬਾਕੀ ਆਪਾਂ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਬਾਰੇ ਚਰਚਾ ਕਰਾਂਗੇ, ਸਿੰਗਾਪੁਰ, ਸਾਈਪ੍ਰਸ ਤੇ ਪੋਲੈਂਡ, ਸ਼ੈਨਗਨ ਕੰਟਰੀਜ਼ ਦੇ ਬਾਰੇ ਗੱਲਬਾਤ ਕਰਾਂਗੇ, ਕਿਉਂਕਿ ਸ਼ੈਨਗਨ ਤੋਂ ਇਲਾਵਾ ਆਪਾਂ ਸਾਈਪ੍ਰਸ ਦਾ ਵੀ ਕਾਫੀ ਜਿਹੜਾ ਹੈਗਾ ਬੱਚਿਆਂ ਦੇ ਲਈ ਇੱਕ ਅੱਜ ਦੀ ਡੇਟ ਦੇ ਵਿੱਚ ਥੋੜਾ ਜਿਹਾ ਇੱਕ ਮੈਂਟਲੀ ਬੱਚਿਆਂ ਦਾ ਹੈਗਾ ਇੱਕ ਵਹਾਉ ਜਾ ਰਿਹਾ ਕਿ ਜੀ ਸਾਈਪ੍ਰਸ ਅਪਲਾਈ ਕੀਤਾ ਜਾਵੇ, ਉੱਥੇ ਵੀਜ਼ਾ ਸਕਸੈਸ ਰਿਹਾ, ਸਾਈਪ੍ਰਸ ਜਾਣ ਦਾ ਫਾਇਦਾ ਕੀ ਹੈ, ਕਿਹਨਾਂ ਕਾਰਨਾਂ ਕਰਕੇ। ਤਾਂ ਕੈਨੇਡਾ ਦੀ ਮੈਨੂੰ ਲੱਗਦਾ ਕਿ ਰਾਹੀ ਸਾਹਿਬ ਗੱਲ ਤੁਸੀਂ ਦੱਸ ਹੀ ਦਿੱਤੀ ਹੈ। ਕੈਨੇਡਾ ਦੇ ਵਿੱਚ ਮੈਂ ਥੋੜ੍ਹੀ ਜਿਹੀ ਇਹ ਦੱਸਣਾ ਚਾਹੁੰਦਾ ਕਿ ਕੈਨੇਡਾ ਦੇ ਜਨਵਰੀ ਇਨਟੇਕ ਦੇ ਜਿਹੜੇ ਰਿਜੈਕਟ ਹੋ ਚੁੱਕੇ ਨੇ ਕੇਸਿਸ, ਉਹਨਾਂ ਦੀ ਕੀ, ਕਿਉਂਕਿ ਇੱਕ ਦੋ ਸਾਡੇ ਹੋਰ ਵੀ ਕੰਸਲਟੈਂਟਸ ਭਰਾ ਨੇ, ਕਿਉਂਕਿ ਕਈ ਰਿਜੈਕਟਡ ਕੇਸਿਸ ਦੀ ਹੋਰ ਕੰਟਰੀਜ਼ ਦੇ ਵਿੱਚ ਆਪਸ਼ਨਸ ਹੋਈਆਂ, ਜਾਂ ਉਹਨਾਂ ਨੇ ਦੁਬਾਰਾ ਕੈਨੇਡਾ ਅਪਲਾਈ ਕੀਤਾ, ਕੈਨੇਡਾ 'ਚ ਵੀਜ਼ਾ ਆਏ ਨੇ, ਉਹਨਾਂ ਨੂੰ ਕੀ ਆਪਸ਼ਨ ਦੇਣਾ ਚਾਹੁੰਦੇ ਹੋ ਤੁਸੀਂ? ਬਹੁਤ ਵਧੀਆ ਸਵਾਲ ਪੁੱਛਿਆ ਹਨੀ ਭਾਅ ਜੀ। ਜਿਹੜੇ ਬੱਚੇ ਜਨਵਰੀ ਇਨਟੇਕ ਵਿੱਚ ਅਪਲਾਈ ਕੀਤੇ ਸੀ, ਉਹਨਾਂ ਦਾ ਦੁਬਾਰਾ ਜਨਵਰੀ ਵਿੱਚ ਰੀਅਪਲਾਈ ਨਹੀਂ ਹੋ ਸਕਿਆ ਟਾਈਮ ਲੰਘਣ ਕਰਕੇ, ਉਹ ਦੁਬਾਰਾ ਮਈ ਇਨਟੇਕ ਲਈ ਰੀਅਪਲਾਈ ਕਰ ਸਕਦੇ, ਬਟ ਕੈਨੇਡਾ ਲਈ ਰੀਅਪਲਾਈ ਕਰ ਸਕਦੇ। ਬਟ ਇੰਨੀ ਗੱਲ ਦਾ ਖਿਆਲ ਜ਼ਰੂਰ ਰੱਖਣਾ, ਜਿਹੜੇ ਕਾਰਨਾਂ ਕਰਕੇ ਰਿਫਿਊਜ਼ ਹੋਇਆ, ਅਗਰ ਉਹ ਕਾਰਨ ਦੂਰ ਨਹੀਂ ਕਰਦੇ ਤਾਂ ਰੀਅਪਲਾਈ ਕਰਨ ਦਾ ਕੋਈ ਫਾਇਦਾ ਨਹੀਂ। ਅਗਰ ਤੁਹਾਡੇ ਅੱਜ ਮੈਚ 'ਚ ਨੰਬਰ ਘੱਟ ਸੀਗੇ, ਤੁਹਾਡਾ ਤਾਂ ਵੀਜ਼ਾ ਰਿਫਿਊਜ਼ ਹੋਇਆ, ਬੇਸ਼ੱਕ ਮੈਚ ਦੇ ਨੰਬਰ ਘੱਟ ਤੁਹਾਡੀ ਰਿਜੈਕਸ਼ਨ ਲੈਟਰ ਦੇ ਉੱਤੇ ਕਦੇ ਲਿਖੇ ਨਹੀਂ ਹੋਣਗੇ, ਉਹ ਤਾਂ ਕੇ ਐਪਸੋਡ ਕਢਵਾ ਕੇ ਪਤਾ ਲੱਗਣਗੇ। ਬਟ ਅਗਰ ਉਹਦੀ ਐਕਚੁਅਲ ਰੀਜ਼ਨ ਦੂਰ ਨਹੀਂ ਕੀਤੀ ਜਾਂਦੀ, ਰਿਮੂਵ ਨਹੀਂ ਕੀਤੀ ਜਾਂਦੀ, ਤਾਂ ਵੀਜ਼ਾ ਫਿਰ ਰਿਫਿਊਜ਼ ਹੋਏਗਾ, ਫਿਰ 2-4 ਮਹੀਨੇ ਖਰਾਬ ਕਰਕੇ ਪੈਸੇ ਖਰਾਬ ਕਰਨ ਦਾ ਕੋਈ ਫਾਇਦਾ ਨਹੀਂ। ਆਪਣੀ ਡੈਸਟੀਨੇਸ਼ਨ ਚੇਂਜ ਕਰੋ, ਜਾਂ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਵਾਲੇ ਅਪਲਾਈ ਕਰਕੇ, USA ਅਪਲਾਈ ਕਰਕੇ, UK ਅਪਲਾਈ ਕਰਕੇ, ਹੋਰਨਾ ਕੰਟਰੀ ਵਿੱਚ ਆਪਣਾ ਭਵਿੱਖ ਬਣਾਉਣ ਦੀ ਕੋਸ਼ਿਸ਼ ਕਰੋ। ਕੈਨੇਡਾ 'ਚ ਦੁਬਾਰਾ ਰੀਅਪਲਾਈ ਕਰਨ ਦਾ ਕੋਈ ਫਾਇਦਾ ਨਹੀਂ ਉਸ ਬੱਚੇ ਨੂੰ ਜਿਹੜੇ ਰਿਜੈਕਸ਼ਨ ਦੀ ਰੀਜ਼ਨ ਦੂਰ ਨਹੀਂ ਕਰ ਰਿਹਾ। ਜੇ ਤੁਸੀਂ ਰਿਜੈਕਸ਼ਨ ਰੀਜ਼ਨ ਦੂਰ ਕਰ ਰਹੇ ਹੋ, ਫੋਰ ਐਗਜ਼ਾਮਪਲ ਤੁਹਾਡੇ ਪਹਿਲਾਂ ਮੈਚ 'ਚ ਨੰਬਰ ਘੱਟ ਸੀਗੇ, ਤੁਸੀਂ ਹੁਣ 2 ਮਹੀਨੇ ਬਾਅਦ ਫਿਰ ਨਵੇਂ ਬੈਚ ਵਿੱਚ ਪੇਪਰ ਦੇ ਕੇ ਆਪਣੀ ਇੰਪਰੂਵਮੈਂਟ ਕਰ ਲਈ ਹੈ, ਤੁਹਾਡੇ ਮੈਥ ਦੇ ਨੰਬਰ ਵੱਧ ਗਏ ਆ, ਤੁਸੀਂ ਫਿਰ ਸੇਮ ਕੋਰਸ ਸੇਮ ਕਾਲਜ ਲੈ ਕੇ ਜਾਂ ਕਾਲਜ ਚੇਂਜ ਕਰਕੇ ਇਸ ਕੋਰਸ ਸੇਮ ਰੱਖ ਕੇ ਆਪਣਾ ਰਿਲੇਟਡ ਕੋਰਸ ਰੱਖ ਕੇ ਦੁਬਾਰਾ ਰੀਪਲਾਈ ਕੀਤਾ ਜਾ ਸਕਦਾ। ਬਟ ਕੈਨੇਡਾ ਵਿੱਚ ਇੱਕ ਵਾਰ ਰਿਫਿਊਜ਼ ਹੋਣ ਤੋਂ ਬਾਅਦ ਦੁਬਾਰਾ ਤੁਸੀਂ SPP ਦੇ ਅੰਡਰ ਅਪਲਾਈ ਨਹੀਂ ਕਰ ਸਕਦੇ, ਤੁਹਾਨੂੰ ਨੋਨ SPP ਦੇ ਅੰਡਰ ਜਨਰਲ ਕੈਟਾਗਰੀ 'ਚ ਅਪਲਾਈ ਕਰਨਾ ਪਏਗਾ। ਚਾਹੇ ਤੁਸੀਂ GST ਨਾਲ ਲਗਵਾ ਲਓ, ਚਾਹੇ 3 ਮੰਥਸ ਓਲਡ ਫੰਡ ਦਿਖਾ ਦਿਓ, ਉਹਦੇ ਨਾਲ ਕੋਈ ਫਰਕ ਨਹੀਂ। ਬਟ ਰਿਜੈਕਸ਼ਨ ਕੇਸਿਸ ਬਾਰੇ ਮੈਂ ਫੋਨ ਦੇ ਉੱਤੇ ਜਾਂ ਸਮਝ ਦੇ ਉੱਤੇ ਡਿਟੇਲ ਦੇ ਵਿੱਚ ਜਾਣ ਕੇ ਨਹੀਂ ਦੇ ਪਾਊਂਗਾ ਜਦ ਤੱਕ ਮੇਰੇ ਆਫਿਸ ਆ ਕੇ ਨਹੀਂ ਮਿਲਦੇ, ਕਿਉਂਕਿ ਅੱਗੇ ਵੀ ਦੱਸਿਆ ਸੀ ਕਿ ਜਿਹੜਾ ਕਿ ਰਿਫਿਊਜ਼ ਕੇਸ ਹੋ ਜਾਂਦਾ ਉਹ ਥੋੜ੍ਹਾ ਜਿਹਾ ਕੰਪਲੀਕੇਟਡ ਕੇਸ ਹੋ ਜਾਂਦਾ। ਸੋ ਉਹਦੇ ਵਿੱਚ ਇੱਕ ਪ੍ਰੋਫੈਸ਼ਨਲ ਬੰਦੇ ਨੂੰ, ਇੱਕ ਪ੍ਰੋਫੈਸ਼ਨਲ ਐਡਵਾਈਜ਼ਰ ਨੂੰ, ਇੱਕ ਪ੍ਰੋਫੈਸ਼ਨਲ ਕੰਸਲਟੈਂਟ ਨੂੰ ਵਿੱਚ ਵੜ ਕੇ ਘੋਖ ਕੇ ਲੋੜ ਪੈਂਦੀ ਹੈ ਅਸੈਸਮੈਂਟ ਕਰਨ ਦੀ ਕਿ ਕਿਹੜੇ ਕਾਰਨਾਂ ਕਰਕੇ ਰਿਫਿਊਜ਼ ਹੋਇਆ, ਐਂਡ ਹੁਣ ਕਿਹੜੇ ਕਾਰਨ ਨੇ ਜਿਹਨਾਂ 'ਚ ਆਪਾਂ ਚੇਂਜ ਆਫ ਸਰਕਮਸਟਾਂਸਿਸ ਦਿਖਾ ਕੇ ਆਪਣੀ ਅਪਗ੍ਰੇਡੇਸ਼ਨ ਦਿਖਾ ਕੇ ਵੀਜ਼ਾ ਅਫਸਰ ਕੋਲੋਂ ਵੀਜ਼ਾ ਮੰਗ ਸਕਦੇ ਹਾਂ। ਜੇ ਹਾਲਾਤਾਂ 'ਚ ਕੁਛ ਬਦਲਾਵ ਨਹੀਂ ਆਇਆ ਤਾਂ ਵੀਜ਼ਾ ਅਪਲਾਈ ਕਰਨ ਕੇ ਪੈਸੇ ਟਾਈਮ ਖਰਾਬ ਕਰਨ ਦਾ ਕੋਈ ਫਾਇਦਾ ਨਹੀਂ।